ਰਵਿਦਾਸ ਜੀ ਦਾ ਮੰਦਰ ਤੋੜੇ ਜਾਣ ਤੋਂ ਬਾਅਦ ਦਲਿਤ ਭਾਈਚਾਰੇ ਨੇ ਮੋਦੀ ਸਰਕਾਰ ਖਿਲਾਫ ਰੋਸ ਜਤਾਉਂਦੇ ਹੋਏ ਭਾਰਤ ਦੇ ਕੋਨੇ ਕੋਨੇ ਵਿੱਚ ਧਰਨੇ ਲਗਾਉਣ ਤੋਂ ਬਾਅਦ ਖਬਰ ਲੈਂਦੇ ਆ ਮੁਣਕ ਤੋਂ, ਜਿੱਥੇ ਦਲਿਤ ਭਾਈਚਾਰੇ ਨੇ ਆਪਣੀ ਮੰਗ ਨੂੰ ਪੂਰਾ ਕਰਵਾਉਣ ਲਈ ਸੜਕ ਤੇ ਧਰਨਾ ਲਗਾ ਦਿੱਤਾ ਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ, ਜਿਸਦੇ ਚਲਦਿਆਂ 13 ਅਪ੍ਰੈਲ ਦਿਨ ਮੰਗਲਵਾਰ ਨੂੰ ਪੂਰਾ ਭਾਰਤ ਬੰਦ ਹੋਣ ਦਾ ਐਲਾਨ ਕੀਤਾ ਗਿਆ ਹੈ। ਇਹ ਦਿਨ ਕਾਲੇ ਦਿਵਸ ਦੇ ਤੌਰ ਤੇ ਮਨਾਇਆ ਜਾਵੇਗਾ, ਜਿਸ ਦੌਰਾਨ ਸੰਗਰੂਰ ਜ਼ਿਲ੍ਹੇ ਵਿੱਚ ਦੁਕਾਨਾਂ ਬਾਜ਼ਾਰ ਆਦਿ ਬੰਦ ਰਹਿਣਗੇ। ਪ੍ਰਦਰਸ਼ਨਕਾਰੀਆਂ ਨੇ ਦਿੱਲੀ ਵਿੱਚ ਭਗਤ ਗੁਰੂ ਰਵਿਦਾਸ ਜੀ ਦੇ ਮੰਦਰ ਨੂੰ ਗਿਰਾਉਣ ਤੇ ਕਾਰਵਾਈ ਨੂੰ ਲੈ ਕੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ, ਸਾਰੇ ਸੰਗਤਾਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੀ। ਕਾਰਨ ਕੀ ਹੈ? ਇਹ ਗਰੀਬਾਂ ਨੂੰ ਮਾਰਨ ਦੀ ਸਾਰੀ ਸਾਜ਼ਿਸ਼ ਹੈ ਜੋ ਮੋਦੀ ਸਰਕਾਰ, ਕੇਜਰੀਵਾਲ ਸਰਕਾਰ ਹੈ, ਜੋ ਕਿ ਸਾਡਾ 600 ਸਾਲ ਪੁਰਾਣਾ ਇਤਿਹਾਸਿਕ ਪ੍ਰਾਚੀਨ ਮੰਦਰ ਸੀਗਾ ਦਿੱਲੀ ਦੇ ਵਿੱਚ, ਜੋ ਕਿ ਮੋਦੀ ਸਰਕਾਰ ਨੇ ਘੋਟਾ ਢੇਰੀ ਕਰ ਦਿੱਤਾ ਹੈ। ਸਾਡੇ ਉੱਥੇ ਕੁਝ ਜ਼ਮੀਨ ਵੀ ਸੀ, ਉਹ ਜ਼ਮੀਨ ਦੇ ਲਾਲਚ ਦਾ ਲੋ ਕਿਸੇ ਵੀ ਤਰ੍ਹਾਂ ਸਾਡਾ ਮੰਦਰ ਢਾ ਦਿੱਤਾ ਹੈ ਅਤੇ ਅੱਜ ਇਹਨੇ ਮੰਦਰ ਉਹ ਢਾਇਆ, ਤੁਹਾਨੂੰ ਸਾਡੇ ਘਰ ਦੇ ਉੱਤੇ ਕਬਜ਼ਾ ਕਰਨਗੇ। ਇਹ ਦਲਿਤ ਵਿਰੋਧੀ ਸਰਕਾਰ ਹੈ। ਸੋ ਅਸੀਂ ਇਹ ਧਰਨਾ ਇਸ ਕਰਕੇ ਲਾਇਆਂਗੇ ਤਾਂ ਕਿ ਸਰਕਾਰਾਂ ਨੂੰ ਪਤਾ ਲੱਗ ਸਕੇ, ਸਰਕਾਰਾਂ ਨੂੰ ਪਤਾ ਲੱਗ ਸਕੇ ਕਿ ਦਲਿਤਾਂ ਨੂੰ ਗਰੀਬਾਂ ਨੂੰ ਇੰਨਾ ਮਾਰਿਆ ਲੁਟਾਉਣਾ ਨਹੀਂ ਜਾਣਾ ਚਾਹੀਦਾ। ਅਸੀਂ ਨੇ ਹੀ ਉਸਨੂੰ ਗੱਡੀ ਨੇ ਬਿਠਾਇਆ ਕਿ ਉਹ ਸਾਨੂੰ ਅੱਜ ਜੇਲ੍ਹਾਂ 'ਚ ਪਾ ਰਹੇ ਨੇ। ਗੁਰੂ ਰਾਜ ਮਹਾਰਾਜ ਦੀਆਂ ਕਮੇਟੀਆਂ ਵੱਲੋਂ, ਡਾਕਟਰ ਅੰਬੇਡਕਰ ਕਮੇਟੀਆਂ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ। ਮੈਂ ਜੋਨ ਇੰਚਾਰਜ ਬਹੁਜਨ ਸਮਾਜ ਪਾਰਟੀ ਲੋਕ ਸਭਾ ਸੰਗਰੂਰ, ਸਾਬਕਾ ਪ੍ਰਧਾਨ ਨਗਰ ਕੌਂਸਲ ਖਨੌਰੀ, ਇਹ ਜਿਹੜਾ ਮਾਮਲਾ ਹੈ 1493 ਦੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀਆਂ ਨੂੰ ਸਿਕੰਦਰ ਲੋਧੀ ਨੇ 700 ਵੀਘਾ ਜ਼ਮੀਨ ਦਿੱਤੀ ਸੀ। 1959 ਦੇ ਵਿੱਚ ਉੱਥੇ ਗੁਰੂ ਰਵਿਦਾਸ ਮਹਾਰਾਜ ਜੀਆਂ ਦਾ ਛੋਟਾ ਜਿਹਾ ਮੰਦਿਰ ਬਣਾਇਆ ਗਿਆ, ਉਹਦੇ ਵਿੱਚ ਛੋਟੀ ਜਿਹੀ ਮੂਰਤੀ ਰੱਖੀ ਗਈ ਔਰ ਉਸ ਗੇਟ 'ਤੇ 1959 ਦਾ ਪੱਥਰ ਲੱਗਿਆ ਹੋਇਆ ਸੀ, ਉਸ 'ਤੇ ਲਿਖਿਆ ਹੋਇਆ ਸੀ ਉਦਘਾਟਨ ਕਰਤਾ ਬਾਬੂ ਜਗਜੀਵਨ ਰਾਮ ਜੀ। ਯਾਨੀ ਕਿ 1959 ਦੇ ਵਿੱਚ ਉਸ ਮੰਦਿਰ ਦਾ ਉਦਘਾਟਨ ਜਿਹੜਾ ਹੈ ਸਤਿਗੁਰ ਬਾਬੂ ਜਗਜੀਵਨ ਰਾਮ ਜੀ ਨੇ ਕੀਤਾ। 1990 ਦੇ ਵਿੱਚ ਉੱਥੇ ਇੱਕ ਖੂਹ ਬਣਾਇਆ ਗਿਆ ਔਰ 1980 ਦੇ ਵਿੱਚ ਉੱਥੇ ਲੋਕਾਂ ਵਾਸਤੇ ਖੂਹ ਦਾ ਪ੍ਰਬੰਧ ਕੀਤਾ ਗਿਆ ਪਾਣੀ ਦਾ, ਔਰ 1990 ਦੇ ਵਿੱਚ ਉੱਥੇ ਡਾਕਟਰ ਅੰਬੇਡਕਰ ਦੇ ਨਾਂ 'ਤੇ ਸਕੂਲ ਸਥਾਪਿਤ ਕੀਤਾ ਗਿਆ। 1984 'ਚ ਜਦੋਂ ਰਾਜੀਵ ਗਾਂਧੀ ਦੀ ਸਰਕਾਰ ਬਣੀ ਤਾਂ ਰਾਜੀਵ ਗਾਂਧੀ ਦੀ ਸਰਕਾਰ ਦੇ ਦੌਰਾਨ 1986 ਦੇ ਵਿੱਚ ਦਿੱਲੀ ਡਿਵੈਲਪਮੈਂਟ ਅਥਾਰਟੀ ਨੇ ਇਹ ਜ਼ਮੀਨ ਨੂੰ ਧੱਕੇ ਨਾਲ ਅਕਵਾਇਰ ਕੀਤਾ ਔਰ ਉਸ ਤੋਂ ਬਾਅਦ ਇਸ ਨੂੰ, ਇਸ ਮਾਮਲੇ ਨੂੰ ਜਿਹੜਾ ਹੈ ਸੁਪਰੀਮ ਕੋਰਟ ਦੇ ਵਿੱਚ ਲਾਇਆ ਗਿਆ। ਉੱਥੋਂ ਦੇ ਲੋਕ ਜਿਹੜੇ ਤੁਗਲਕਾਬਾਦ ਦੇ ਲੋਕ ਨੇ ਉਹ ਥੋੜ੍ਹਾ ਨਾ ਸਮਝ, ਜ਼ਿਆਦਾ ਸਿਆਣੇ ਨਾ ਹੋਣ ਕਰਕੇ ਆਪਣਾ ਫੇਕ ਪੱਖ ਜਿਹੜਾ ਸੀ ਉਹ ਸੁਪਰੀਮ ਕੋਰਟ ਦੇ ਵਿੱਚ ਆਪਣਾ ਪੱਖ ਸਹੀ ਨਹੀਂ ਪੇਸ਼ ਕਰ ਸਕੇ ਔਰ ਇਸ ਕਰਕੇ ਸੁਪਰੀਮ ਕੋਰਟ ਨੇ ਉਸ ਮੰਦਿਰ ਨੂੰ ਢਾਉਣ ਦੇ ਆਦੇਸ਼ ਦਿੱਤਾ। ਅਸੀਂ ਚੇਤਾਵਨੀ ਸਰਕਾਰ ਨੂੰ ਇਹ ਦੇਣਾ ਚਾਹੁੰਦੇ ਹਾਂ, ਇੱਕ ਪਾਸੇ ਸਰਕਾਰ ਜਿਹੜੀ ਹੈ ਬਾਬਰੀ ਮਸਜਿਦ ਨੂੰ ਢਾ ਕੇ ਰਾਮ ਮੰਦਿਰ ਬਣਾਉਣਾ ਚਾਹੁੰਦੀ ਹੈ, ਉਹ ਕਹਿੰਦੇ ਵੀ ਇੱਥੇ ਹਿੰਦੂਆਂ ਦੀ ਆਸਥਾ ਜੁੜੀ ਹੋਈ ਹੈ। ਗੁਰੂ ਰਵਿਦਾਸ ਮਹਾਰਾਜ ਜੀ ਨੂੰ ਢਾ ਕੇ ਮੰਦਿਰ ਨੂੰ ਢਾ ਕੇ ਉੱਥੇ ਵੀ ਰਵਿਦਾਸੀਆ ਭਾਈਚਾਰੇ ਦੀ ਆਸਥਾ ਜੁੜੀ ਹੋਈ ਸੀ। ਉਹ ਅਸੀਂ ਜਦ ਤੱਕ ਉੱਥੇ ਮੰਦਿਰ ਦੁਆਰਾ ਸਥਾਪਿਤ ਨਹੀਂ ਹੁੰਦਾ, ਉੱਥੋਂ ਦੀ ਕਮੇਟੀ ਨੂੰ, ਗੁਰੂ ਰਵਿਦਾਸ ਮੰਦਿਰ ਕਮੇਟੀ ਨੂੰ ਉੱਥੇ ਦੇ ਮੰਦਿਰ ਦਾ ਪ੍ਰਬੰਧ ਨਹੀਂ ਦਿੱਤਾ ਜਾਂਦਾ। ਇਹ ਪੂਰੇ ਦੇਸ਼ ਦੇ ਵਿੱਚ ਇਸੇ ਤਰ੍ਹਾਂ ਪ੍ਰਦਰਸ਼ਨ ਹੁੰਦੇ ਰਹਿਣਗੇ।